हाँ जी दोस्तों, प्लांट ए टू जेड फिट हो गया सारा। इस प्लांट ते आपां 9 पैनल लाए आ। विखाउणे आपां तुहानूं पैनल किहड़ी कंपनी दे आ, किन्ने किन्ने वाट दे आ, किहड़ी टैक्नोलॉजी ते कम करदे आ। स्टार्टर भी दिखावांगे ते मोटर भी विखावांगे ते स्टैंड भी विखावांगे तुहानूं। वेख सकदे आ प्लांट दा पिछला पासा बहुत वधिया प्लांट लग्गिया, कोई भी तार नहीं थले लटक रही। इहदे विच आपां पैनल वरते आ UTL दे 340 वाट मोनो टैक्नोलॉजी। ਇਹਦੇ 'ਚ ਸਟਰਕਚਰ ਹੈਗਾ ਜਿਹੜਾ ਉਹ ਬਿਲਕੁਲ ਹੈਵੀ ਦੇ ਵਿੱਚ ਆ ਅਤੇ ਪਿਓਰ GI ਆ ਅਤੇ ਸਾਰਾ ਸਟਰਕਚਰ ਆਪਾਂ 400 ਉੱਤੇ ਨੜਾਂ ਨਾਲ ਕਸਿਆ ਅਤੇ ਪੈਨਲ ਕਸੇ ਆਪਾਂ ਐਂਟੀ ਥੈਫਟ ਨੜ ਨਾਲ। ਇਹਦੇ 'ਚ ਰਾਫਟਰਾਂ ਦਾ ਸਹਿਜ ਹੈਗਾ 2x4, ਸੀ ਐਂਗਲ ਦਾ ਸਹਿਜ ਹੈਗਾ 2x4 ਅਤੇ ਜਿਹੜੀਆਂ ਸਪੋਰਟ ਪਾਈਪਾਂ ਉਹ 2x2 ਦੀਆਂ। ਇਹ ਪ੍ਰੋਜੈਕਟ ਸਾਰਾ ਕਾਰਨਰ ਸਪੋਰਟ ਆ ਅਤੇ ਟਾਈਆਂ ਲਾ ਕੇ ਸਾਰੀਆਂ ਫੇਰ ਫਿਟਿੰਗ ਕੀਤੀ ਆ। ਕੋਈ ਵੀ ਵਾਇਰ ਦੀ ਸੈਟਿੰਗ ਬਹੁਤ ਵਧੀਆ ਕੀਤੀ ਆ, ਕਦੇ ਵੀ ਆਪਣੇ ਪ੍ਰੋਜੈਕਟ ਦੇ ਵਿੱਚ ਤਾਰ ਨਹੀਂ ਲਟਕਦੀ ਮਿਲੂਗੀ ਤੁਹਾਨੂੰ। ਅਤੇ ਜਿਹੜਾ ਮੇਨ ਰਾਫਟਰ ਆ ਉਹ ਹੌਟ ਡੈਪ ਦੇ ਵਿੱਚ ਆਉਂਦਾ ਵਾਲਾ, ਡਬਲ ਡਬਲ ਕਿੱਲੀ ਦੇ ਵਿੱਚ, ਅਤੇ ਆਪਾਂ 4-4 ਨਟ ਪਾਉਣੇ ਰਾਊਂਡ ਪੁਲੀ ਦੇ ਵਿੱਚ। ਤੁਸੀਂ ਆਮ ਪ੍ਰੋਜੈਕਟ ਲੱਗੇ ਵੇਖੇ ਹੋਣੇ ਆ, 2-2 ਨਟ ਹੀ ਆਉਂਦੇ ਆ। ਇੱਧਰਲੇ ਪਾਸੇ ਵੀ 2 ਨਟ ਆ ਅਤੇ ਇੱਧਰਲੇ ਪਾਸੇ ਵੀ 2 ਨਟ ਆ। ਅਤੇ ਜਿਹੜੀ ਬੇਸ ਪੈਪ ਲਾਈ ਆ ਇਹ 7 ਫੁੱਟ ਸਾਈਜ਼ ਦੇ ਵਿੱਚ ਆਉਂਦੀ ਆ, 4 ਫੁੱਟ ਬਾਹਰਲੇ ਪਾਸੇ ਰਹਿ ਜਾਂਦੀ ਆ, 3 ਫੁੱਟ ਬਜਰੀ ਦੇ ਵਿੱਚ। ਇਹਦੇ ਵਿੱਚ ਆਪਾਂ 3 ਬੋਰੀਆਂ ਦਾ ਮਾਲ ਪਾਇਆ ਅਤੇ ਪੈਪ ਦੇ ਵਿੱਚ ਵੀ ਬਜਰੀ ਪਾਈ ਆ। ਇਹ ਬਹੁਤ ਲਾਜ਼ਮੀ ਆ, ਜਦੋਂ ਤੁਸੀਂ ਪੋਲ ਫਿੱਟ ਕਰਨਾ ਹੈ ਤਾਂ ਪੈਪ ਦੇ ਵਿੱਚ ਬਜਰੀ ਲਾਜ਼ਮੀ ਪਾਉਣੀ ਆ। ਜੇ ਬਜਰੀ ਨਾ ਪਾਈ ਪੈਪ ਦੇ ਵਿੱਚ ਜਾਂ ਹਨੇਰੀ ਤੂਫਾਨ ਆਉਂਦਾ ਹੈ ਤਾਂ ਪੈਪ ਜਾਂ ਟੁੱਟ ਜਾਂਦੀ ਜਾਂ ਵਿੰਗੀ ਹੋ ਜਾਂਦੀ ਆ ਅਤੇ ਪਲਾਂਟ ਦਾ ਨੁਕਸਾਨ ਹੋ ਜਾਂਦਾ। ਇੱਥੇ ਆਪਾਂ ਡਰਾਈਵ ਵਰਤੀ ਆ ਕ੍ਰਿੰਪਟਨ ਕੰਪਨੀ ਦੀ 3 HP ਦੀ। ਵੇਖ ਸਕਦੇ ਹੋ ਉੱਪਰ ਨੂੰ ਡਰਾਈਵ ਰਨ ਕਰਨ ਲੱਗ ਗਈ ਆ ਅਤੇ ਵਿਖਾਉਣੇ ਆਪਾਂ ਤੁਹਾਨੂੰ ਪੈਨਲਾਂ ਦੀ ਵੋਲਟੇਜ ਕਿੰਨੀ ਆ ਰਹੀ ਆ, ਮੋਟਰ ਅੰਪੇਅਰ ਕਿੰਨੇ ਲੈ ਰਹੀ ਆ, ਮੋਟਰ ਵੋਲਟੇਜ ਕਿੰਨੇ ਲੈ ਰਹੀ ਆ। ਦੇਖ ਸਕਦੇ ਹਾਂ ਧੁੱਪ ਬਹੁਤ ਆ, ਟਾਈਮ 11 ਵੱਜ ਗਏ ਆ, 47 'ਤੇ ਰਨ ਕਰ ਰਹੀ ਆ। ਇਹ ਪੈਨਲਾਂ ਦੀ ਵੋਲਟੇਜ ਆ ਰਹੀ ਆ, ਇਹ ਪੈਨਲਾਂ ਦੇ 317 ਵੋਲਟ ਜਾ ਰਹੇ ਆ DC। ਇਹ ਮੋਟਰ ਅੰਪੇਅਰ ਲੈ ਰਹੀ ਆ 6.1, ਮੋਟਰ ਵੋਲਟੇਜ ਲਈ ਜਾਂਦੀ ਆ 211। ਇੱਥੇ ਆਪਾਂ ਪੈਨਲਾਂ ਦੀਆਂ ਤਾਰਾਂ ਲਾਈਆਂ, ਇੱਥੇ ਮੋਟਰ ਨੂੰ ਜਾਂਦੀਆਂ 3-phase ਆਊਟਪੁੱਟ। ਹੁਣ ਆਪਾਂ ਤੁਹਾਨੂੰ ਪਾਣੀ ਦਾ ਪ੍ਰੈਸ਼ਰ ਚੈੱਕ ਕਰਾਉਂਦੇ ਹਾਂ। ਬਹੁਤ ਵਧੀਆ ਪਾਣੀ ਬਣਿਆ, ਸਿਰਾ ਲੱਗ ਗਿਆ ਪਾਣੀ ਵਾਲਾ। ਆਹ ਆਪਣਾ ਪ੍ਰੋਜੈਕਟ ਲੱਗਿਆ ਵੇਖ ਸਕਦੇ ਹਾਂ, ਆਹ ਤਾਰ ਜਾ ਰਹੀ ਆ ਅਤੇ ਪਾਣੀ ਦਾ ਪ੍ਰੈਸ਼ਰ ਤੁਸੀਂ ਚੈੱਕ ਕਰ ਸਕਦੇ ਹਾਂ, ਐਂਡ ਲੱਗਿਆ ਪਿਆ, ਡਾਂ ਕਰਕੇ ਪਾਣੀ ਬਣਿਆ, ਚੱਲਦੀ ਨਹੀਂ ਪਈ ਪੈਪ। ਮੋਟਰ ਵਿਖਾਉਣੇ ਆਪਾਂ ਤੁਹਾਨੂੰ ਕਿਹੜੀ ਕੰਪਨੀ ਦੀ ਆ। ਇੱਥੇ ਆਪਾਂ ਮੋਟਰ ਲਾਈ ਆ ਲੋਬੀ ਕੰਪਨੀ ਦੀ 3 HP ਦੀ, ਮਾਡਲ ਨੰਬਰ ਹੈਗਾ MDH 353। ਅਤੇ ਉਹ ਆਪਣਾ ਪ੍ਰੋਜੈਕਟ ਲੱਗਿਆ, ਅਤੇ ਆਹ ਮੋਟਰ ਲੱਗੀ ਆ ਅਤੇ ਪਾਣੀ ਦਾ ਪ੍ਰੈਸ਼ਰ ਤੁਸੀਂ ਦੇਖ ਸਕਦੇ ਹਾਂ, ਸਿਰਾ ਲੱਗ ਗਿਆ ਬਿਲਕੁਲ, ਐਂਡ ਪ੍ਰੈਸ਼ਰ ਆ। ਔਨ ਗ੍ਰਿੱਡ, ਆਫ ਗ੍ਰਿੱਡ, ਹਾਈਬ੍ਰਿੱਡ, ਸੋਲਰ ਵਾਟਰ ਗੀਜਰ ਅਤੇ ਸੋਲਰ ਵਾਟਰ ਪੰਪ ਲਾਉਣ ਅਤੇ ਸਾਡਾ ਮੋਬਾਈਲ ਨੰਬਰ ਆ ਜੀ 98153703007। ਇਹੋ ਜਿਹੀਆਂ ਹੋਰ ਵੀਡੀਓ ਵੇਖਣ ਲਈ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਬੈੱਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।